ਜਿੰਨੀਆਂ ਸੀਜ਼ਨ ਦੀਆਂ ਸਬਜ਼ੀਆਂ ਨੇ ਉਹ ਵੀ ਇੱਥੇ ਤਿਆਰ ਹੁੰਦੀਆਂ। ਫਰੂਟ ਫਾਰਮਿੰਗ ਵਾਲੇ ਪਾਸੇ ਵੀ ਜਿਹੜਾ ਇਹਨਾਂ ਰੁਝਾਨ ਹੈਗਾ, ਅਮਰੂਦਾਂ ਦੇ ਜਿਹੜੇ ਹੈਗੇ ਆ, ਇਸ ਤੋਂ ਇਲਾਵਾ 200 ਕਿਸਮਾਂ ਜਿਹੜੀਆਂ ਤੁਹਾਨੂੰ ਦੱਸੀਆਂ ਸੀ, 200 ਦੇ ਕਰੀਬ ਜਿਹੜੀ ਕਿਸਮ ਹੈਗੀ ਆ ਉਹ ਫਰੂਟ ਦੀ ਇੱਥੇ ਲੱਗੀ ਹੋਈ ਆ। ਬਾਹਰ ਅੰਦਰ ਘੁੰਮਦੇ ਫਿਰਦੇ ਸੀਗੇ, ਆਪਣੇ ਧਿਆਨ 'ਚ ਆਇਆ ਆਪਾਂ ਘੱਟ ਪਾਣੀ, ਕਿਉਂਕਿ ਪੰਜਾਬ ਦਾ ਪਾਣੀ ਬਹੁਤ ਡੂੰਘਾ ਹੁੰਦਾ ਜਾ ਰਿਹਾ ਹੈਗਾ, ਅਤੇ ਆਪਾਂ ਬੈਡ ਸਿਸਟਮ 'ਤੇ ਖੇਤੀ ਕੀਤੀ। ਪਹਿਲਾਂ ਆਪਾਂ ਉਹ ਔਰਗੈਨਿਕ ਕੀਤੀ, ਉਹ ਤੋਂ ਬਾਅਦ ਆਪਾਂ ਸੋਚਿਆ ਘੁੰਮ ਫਿਰ ਕੇ ਪਤਾ ਲੱਗਿਆ ਵੀ ਇਹਨੂੰ ਆਪਾਂ ਬਿੱਡਾਂ 'ਤੇ ਕਰਨਾ ਗਾ, ਅੱਧੀ ਪਾਣੀ ਦੀ ਲੋੜ ਪਊਗੀ ਆਪਾਂ ਨੂੰ, ਅਤੇ ਅੱਧੇ ਟਾਈਮ 'ਚ ਫਸਲ ਤਿਆਰ ਹੋ ਜਾਂਦੀ, ਕਿਉਂਕਿ ਇਹ ਜੀਵਾਣੂ ਬਣ ਜਾਂਦੇ ਜੀ। ਜੀਵਾਣੂ ਤੁਸੀਂ ਵੇਖਿਆ ਥੱਲੇ ਆਪਾਂ ਪਰਾਲੀ ਦੀ ਮੱਝਾਂ ਕਰੀ ਵੀ ਆ, ਘਾਹ ਪਿਆ ਗਾ ਉੱਪਰ। ਹੁਣ ਜਿਵੇਂ ਆਪਣਾ ਘਾਹ ਘਰ ਥੱਲੇ ਦੇਖੂਗੇ, ਆਹ ਵੇਖੋ ਬਟੀਰੀਆ ਕਿੰਨੇ ਆ ਜੀ, ਤੇ ਨਵੀਂ ਆਹ ਵੇਖ ਲਓ ਮਿੱਟੀ ਜੀ, ਇਹਨੂੰ ਪਾਣੀ ਦੀ ਜ਼ਰੂਰਤ ਵੀ ਨਹੀਂ, ਨਵੀਂ ਹੈ ਸਾਰੀ ਸਾਰੀ ਨਵੀਂ ਬਣੀ ਹੋਈ। ਇਹਨੂੰ ਕੀ ਕਿਹੜੀ ਟੈਕਨੀਕ ਹੈ? ਬੈੱਡ ਸਿਸਟਮ ਹੈ? ਬੈੱਡ ਸਿਸਟਮ ਹੈ ਜੀ। ਇਹ ਜੀਵਾਣੂ ਸਾਰੇ ਥੱਲੇ ਫਿਰਦੇ? ਹਾਂ, ਬਕਟੀਰੀਆ ਵੇਖੋ ਜੀ, ਇੱਥੇ ਗਡੋਏ ਵੀ ਹੈ ਜੀ ਥੱਲੇ, ਜਦੋਂ ਆਪਾਂ ਡੂੰਘਾ ਪੱਟਾਂਗੇ ਆਪਾਂ ਥੱਲੇ ਗਡੋਏ ਨਿਕਲਣਗੇ ਜੀ। ਅੱਛਾ, ਇਹ ਟੈਕਨੀਕ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦੇ? ਇਹਦਾ ਆਪਾਂ ਨੂੰ ਹੋ ਗਿਆ 8 ਸਾਲ ਹੋ ਗਏ ਜੀ। ਫਾਇਦਾ ਕੀ ਇਹਦਾ? ਇਹ 'ਚ ਇੱਕ ਤਾਂ ਪਾਣੀ ਦੀ ਘੱਟ ਲੋੜ ਪੈਂਦੀ ਜੀ, ਇੱਕ ਨੂੰ ਬਿਮਾਰੀ ਘੱਟ ਹੁੰਦੀ। ਫਰੂਟ ਨੂੰ ਕੋਈ ਵੀ ਫਸਲ ਆ ਉਹਨੂੰ ਨਵੀਂ ਚਾਹੀਦੀ ਆ, ਉਹਨੂੰ ਪਾਣੀ ਨਹੀਂ ਚਾਹੀਦਾ ਹੈਗਾ। ਸਬਜ਼ੀ ਆਪਾਂ ਕੋਲ ਕੱਦੂ ਹੁੰਦਾ, ਤੋਰੀ ਹੁੰਦੀ ਹੈ ਜੀ, ਪਹਿਲਾਂ ਕਰੇਲਾ ਸੀਗਾ, ਕਰੇਲਾ ਵੀ ਹੈਗਾ, ਅਤੇ ਭਿੰਡੀ, ਪੇਠਾ, ਖੀਰੇ, ਰੁੱਤਮ ਤਹਿਕ ਸਾਰੀਆਂ ਸਬਜ਼ੀਆਂ ਹੁੰਦੀਆਂ ਜੀ। ਇਹਦੇ 'ਚ ਆਪਣੇ ਕੋਲ 45 ਫਰੂਟ ਕਿੰਨੂ ਦੇ ਲੱਗੇ ਹੋਏ ਆ ਜੀ, 5 ਵਰਾਇਟੀਆਂ, ਅਤੇ 20 ਬੂਟੇ ਹੈਗੇ ਆ ਗੱਬੂ ਗੋਸ਼ੇ ਦੇ ਜੀ, ਅਤੇ 40 ਬੂਟੇ ਪਪੀਤੇ ਦੇ ਆ ਜੀ, 70 ਬੂਟੇ ਅਮਰੂਦ ਦੇ ਜੀ, ਜਿਹੜੇ 6 ਵਰਾਇਟੀਆਂ ਜੀ ਇਹਦੇ 'ਚ, 20 ਬੂਟੇ ਸੇਬ ਦੇ ਆ ਜੀ ਆਪਣੇ ਕੋਲ, ਅਤੇ 10 ਬੂਟੇ ਨਾਰ ਦੇ ਆ ਜੀ, ਅਤੇ 8-10 ਬੂਟੇ ਨਿੰਬੂ ਦੇ ਜੀ, 6 ਬੂਟੇ ਅਜੀਰ ਦੇ ਆ ਜੀ। ਹੋਰ ਵੀ ਆਪਾਂ ਦੂਜੇ ਪਾਸੇ ਜ਼ਮੀਨ ਹੈਗੀ ਆਪਣੀ, ਉਹਦੇ ਆਪਾਂ ਰੇਹ ਘਟਾਤੀ ਆ, ਉਹਦੇ 'ਤੇ ਵੀ ਕਰਾਂਗੇ ਇਹ ਆਪਾਂ। ਇਹ 'ਚ ਆਪਾਂ ਦੇਸੀ ਮੁਰਗੀ ਛੱਡਾਂਗੇ, ਉਹ ਤੋਂ ਬਾਅਦ ਆਪਣਾ ਬੱਕਰੀ ਦਾ ਵੀ ਜਾਂ ਟਨਾਲ ਲਾਵਾਂਗੇ ਜੀ, ਅਤੇ ਉਹ ਸਬਜ਼ੀ 36,000 ਦੀ ਖਾ ਰਿਹਾ ਹੈਗਾ। ਹਰੇਕ ਨੂੰ ਬਿਮਾਰੀਆਂ ਤੋਂ ਬੰਦਾ ਤਾਂ ਬਚ ਸਕਦਾ ਹੈਗਾ ਜੇ ਉਹ ਆਪਦੀ ਔਰਗੈਨਿਕ ਸਬਜ਼ੀ ਖਾਊਗਾ ਆਪਦੀ, ਬਿਨਾਂ ਰੇਹ ਸਪਰੇ ਤੋਂ ਕੀਤੀ ਤੋਂ, ਕਿਉਂਕਿ ਬਿਮਾਰੀਆਂ ਆਪਣੇ ਦਿਨਾਂ ਵੇਲੇ ਕਿੰਨਾ ਕੈਂਸਰ ਆ ਪੰਜਾਬ ਦੇ ਵਿੱਚ, ਹਰੇਕ ਭਿਆਨਕ ਤੋਂ ਭਿਆਨਕ ਬਿਮਾਰੀ ਪੰਜਾਬ ਦੇ ਵਿੱਚ ਆ ਰਹੀ ਹੈ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ, ਅੱਜ ਤੁਹਾਨੂੰ ਜੈਤੋ ਮੰਡੀ ਦੇ ਇੱਕ ਕਿਸਾਨ ਨਾਲ ਮਿਲਵਾਉਣ ਜਾ ਰਹੇ, ਜਿਹੜਾ ਗੁਰੂ ਕੀ ਢਾਬ ਦਾ ਰਹਿਣ ਵਾਲਾ, ਤਾਂ ਇਹ ਕਿਸਾਨ ਔਰਗੈਨਿਕ ਫਾਰਮਿੰਗ ਕਰ ਰਿਹਾ ਪਿਛਲੇ 8 ਸਾਲਾਂ ਤੋਂ। ਪਿਛਲੇ 8 ਸਾਲਾਂ ਤੋਂ ਇਹ ਕਿਸਾਨ ਦਾ ਰੁਝਾਨ ਲਗਾਤਾਰ ਬਣਿਆ ਹੋਇਆ। ਤਾਂ ਤੁਹਾਨੂੰ ਦੱਸ ਦਈਏ, 200 ਕਿਸਮਾਂ ਜਿਹੜੀਆਂ ਫਰੂਟ ਦੀਆਂ ਨੇ ਉਹ ਆਪਣੀ ਜਗ੍ਹਾ ਚਲਾਈਆਂ ਹੋਈਆਂ, ਗੰਨਾ ਲੱਗਿਆ, ਅਤੇ ਸੀਜ਼ਨ ਦੀ ਸਾਰੀ ਸਬਜ਼ੀ ਜਿਹੜੀ ਇੱਥੇ ਅਵੇਲੇਬਲ ਹੁੰਦੀ ਹੈ, ਇੱਥੋਂ ਹੀ ਲੋਕ ਜਿਹੜੇ ਲੈ ਕੇ ਜਾਂਦੇ ਆ। ਤਾਂ ਔਰਗੈਨਿਕ ਫਾਰਮਿੰਗ ਹੈ, ਕਿਸਾਨਾਂ ਦਾ ਰੁਝਾਨ ਵੱਧਦਾ ਜਾ ਰਿਹਾ। ਤਾਂ ਤਸਵੀਰਾਂ ਦਿਖਾ ਦੇਣਾ ਤੁਹਾਨੂੰ, ਇਹ ਕਿਸਾਨ ਬਾਈ ਗੁਰਲਾਲ ਸਿੰਘ ਨੇ ਜਿਨ੍ਹਾਂ ਦਾ ਇਹ ਫਾਰਮ ਹੈਗਾ, ਇਹ ਵੀ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ। ਤਾਂ ਪਪੀਤਾ ਹੋ ਗਿਆ, ਇਸ ਤੋਂ ਇਲਾਵਾ ਅਮਰੂਦ, ਆੜੂ, ਨਾਸ਼ਪਤੀ, ਵੱਖ ਵੱਖ ਤਰ੍ਹਾਂ ਦੇ ਜਿੰਨੇ ਫਰੂਟਸ ਹੈਗੇ ਆ ਉਹ ਇਹਨਾਂ ਦੇ ਇਸ ਫਾਰਮ ਦੇ ਵਿੱਚ, ਔਰਗੈਨਿਕ ਫਾਰਮ ਦੇ ਵਿੱਚ ਅਵੇਲੇਬਲ ਹੈਗੇ ਆ। ਇੱਥੇ ਸੀਜ਼ਨ ਦਾ ਸਾਰਾ ਫਰੂਟ ਮਿਲੂਗਾ, ਅਤੇ ਆਹ ਵੀ ਤੁਸੀਂ ਦੇਖ ਰਹੇ ਹੋ, ਇਹ ਪਪੀਤੇ ਦੀ ਕਿਸਮ ਹੈਗੀ ਹੈ, ਤਾਂ ਇਹ ਵੀ ਇਹਨਾਂ ਦੇ ਫਾਰਮ ਦੇ ਵਿੱਚ ਹੈ। ਜਿੰਨੀਆਂ ਸੀਜ਼ਨ ਦੀ ਸਬਜ਼ੀਆਂ ਹੈਗੀਆਂ, ਤੁਸੀਂ ਦੇਖੋ ਕਿੰਨੀ ਵਧੀਆ ਇਹ ਕ੍ਰੋਪ ਹੈ। ਗੰਨੇ ਦੀ ਹਾਈਟ ਕਾਫੀ ਵਧੀਆ ਹੈਗੀ, ਗੰਨਾ ਹੋ ਗਿਆ, ਇਸ ਤੋਂ ਇਲਾਵਾ ਪਪੀਤਾ ਲੱਗਿਆ, ਅਤੇ ਦੂਜੇ ਪਾਸੇ ਤੁਹਾਨੂੰ ਇਹ ਕਿਸਮ ਜਿਹੜੀ ਦਿਖਾ ਰਿਹਾ, ਇਹ ਕਿਹੜੀ? ਰੈੱਡ ਲਿਲੀ। ਇਹ ਪਪੀਤਾ ਹੈਗਾ 786, ਜਿਹਦੀ ਟੇਸਟ ਵੀ ਵੱਖਰਾ ਹੁੰਦਾ, ਕਿਉਂਕਿ ਔਰਗੈਨਿਕ ਜਿਹੜਾ ਅਸੀਂ ਬੀਜਾਂਗੇ ਖਾਵਾਂਗੇ ਤਾਂ ਉਹਦਾ ਟੇਸਟ ਡਿਫਰੈਂਟ ਹੁੰਦਾ। ਤਾਂ ਇਹ ਕਿਸਾਨ ਦੀ ਮਿਹਨਤ ਤੁਹਾਨੂੰ ਦਿਖਾ ਰਹੇ ਹਾਂ। 200 ਜਿਹੜੀ ਕਿਸਮਾਂ ਨੇ ਉਹ ਜਗ੍ਹਾ 'ਤੇ ਹੈਗੀਆਂ, ਤਾਂ ਇਹਨਾਂ ਨੇ ਬੈੱਡ ਸਿਸਟਮ ਜਿਹੜਾ ਉਹ ਬਣਾ ਰੱਖਿਆ, ਇੱਥੇ ਮਲਚਿੰਗ ਕੀਤੀ ਹੋਈ ਇਹਦੇ ਉੱਤੇ। ਇਹਦੇ ਨਾਲ ਜਿਹੜੀ ਜ਼ਮੀਨ ਹੈਗੀ, ਜਿਹੜੀ ਪਲਾਂਟ ਦੇ ਥੱਲੇ ਜਿਹੜਾ ਧਰਤੀ ਉਹ ਗਰਮ ਨਹੀਂ ਹੁੰਦੀ, ਠੰਡਾ ਰਹਿੰਦਾ ਮੌਸਮ। ਥੋੜ੍ਹਾ ਇੱਧਰੋਂ ਵੀ ਤੁਹਾਨੂੰ ਦਿਖਾ ਦਈਏ, ਇਹ ਬੈੱਡ ਸਿਸਟਮ ਦੇ ਉੱਤੇ ਇੱਕ ਵਧੀਆ ਇੱਕ ਖੇਤੀ ਜਿਹੜੀ ਆ ਔਰਗੈਨਿਕ ਹੈ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਾਂ ਜਿੰਨੀਆਂ ਸੀਜ਼ਨ ਦੀਆਂ ਸਬਜ਼ੀਆਂ ਨੇ ਉਹ ਵੀ ਇੱਥੇ ਤਿਆਰ ਹੁੰਦੀਆਂ।
ਫਰੂਟ ਫਾਰਮਿੰਗ ਵਾਲੇ ਪਾਸੇ ਵੀ ਜਿਹੜਾ ਇਹਨਾਂ ਰੁਝਾਨ ਹੈਗਾ ਅਮਰੂਦਾਂ ਦੇ ਜਿਹੜੇ ਹੈਗੇ ਆ, ਇਸ ਤੋਂ ਇਲਾਵਾ 200 ਕਿਸਮਾਂ ਜਿਹੜੀਆਂ ਤੁਹਾਨੂੰ ਦੱਸੀਆਂ ਸੀ, 200 ਦੇ ਕਰੀਬ ਜਿਹੜੀ ਕਿਸਮ ਹੈਗੀ ਆ ਉਹ ਫਰੂਟ ਦੀ ਇੱਥੇ ਲੱਗੀ ਹੋਈ ਆ। ਅਤੇ ਇੱਕ ਬੈੱਡ ਸਿਸਟਮ ਤੁਹਾਨੂੰ ਦਿਖਾਉਂਦੇ ਹਾਂ, ਇਹ ਬੜੀ ਵਧੀਆ ਚੀਜ਼ ਜਿਹੜੀ ਇਹਨਾਂ ਨੇ ਬਣਾਈ ਹੈ, ਬੈੱਡਾਂ ਦੇ ਉੱਤੇ ਜਿਹੜੇ ਫਰੂਟ ਪਲਾਂਟ ਲਾਇਆ, ਅਤੇ ਇਹਦੇ ਨਾਲ ਪਾਣੀ ਦੀ ਵੀ ਕਾਫੀ ਬੱਚਤ ਹੁੰਦੀ ਹੈ। ਤਾਂ ਬਾਈ ਗੁਰਲਾਲ ਨਾਲ ਵੀ ਗੱਲ ਕਰਾਂਗੇ, ਪਹਿਲਾਂ ਦੇਖੋ ਇਹ ਬੈੱਡ ਸਿਸਟਮ ਦੇ ਜ਼ਰੀਏ ਇਹਨਾਂ ਨੇ ਖੇਤੀ ਜਿਹੜੀ ਕੀਤੀ ਹੈ, ਅਤੇ ਸਾਰਾ ਇਹ ਜਾਣਾਂਗੇ ਵੀ ਕਿਹੜੀ ਤਕਨੀਕ ਨਾਲ ਇਹ ਬੀਜਿਆ ਹੋਇਆ ਅਤੇ ਕਿੰਨੀ ਕਿਹਦੇ 'ਚ ਜਿਹੜਾ ਝਾੜ ਹੈਗਾ ਉਹ ਫਰਕ ਪੈਂਦਾ। ਬਾਈ ਜੀ, ਔਰਗੈਨਿਕ ਫਾਰਮਿੰਗ ਵਾਲੇ ਪਾਸੇ ਕਦੋਂ ਰੁਝਾਨ ਆਇਆ ਸੀ ਤੁਹਾਡਾ, ਅਤੇ ਕਿੰਨੇ ਸਾਲ ਹੋ ਗਏ ਤੁਹਾਨੂੰ, ਅਤੇ ਹੁਣ ਰਿਜ਼ਲਟ ਕੀ ਹੈ ਚੀਜ਼ ਦਾ? ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦਾ ਜੀ। ਆਪਣੇ ਪਹਿਲਾਂ ਦਾਦਾ ਜੀ ਖੇਤੀ ਕਰਦੇ ਹੁੰਦੇ, ਫਿਰ ਆਪਣੇ ਪਿਤਾ ਜੀ, ਉਦੋਂ ਬਾਅਦ ਆਪਾਂ ਸੋਚਿਆ ਜਾ ਕੋਈ ਵੱਖਰੀ ਖੇਤੀ ਕਰਨੀ ਹੈ ਜੀ, ਕਿਉਂਕਿ ਕੈਮੀਕਲ ਦੀਆਂ ਖੇਤੀਆਂ ਤਾਂ ਬਹੁਤ ਹੋ ਰਹੀਆਂ, ਉਹਦੇ ਨਾਲ ਬਿਮਾਰੀਆਂ ਵੀ ਬਹੁਤ ਹੋ ਰਹੀਆਂ ਹੈਗੀਆਂ। ਉਹਦੇ ਲਈ ਆਪਾਂ ਬਾਹਰ ਅੰਦਰ ਘੁੰਮਦੇ ਫਿਰਦੇ ਸੀਗੇ, ਆਪਣੇ ਧਿਆਨ 'ਚ ਆਵੇ ਆਪਾਂ ਘੱਟ ਪਾਣੀ, ਕਿਉਂਕਿ ਪੰਜਾਬ ਦਾ ਪਾਣੀ ਬਹੁਤ ਡੂੰਘਾ ਹੁੰਦਾ ਜਾ ਰਿਹਾ ਹੈਗਾ, ਅਤੇ ਆਪਾਂ ਬੈੱਡ ਸਿਸਟਮ 'ਤੇ ਖੇਤੀ ਕੀਤੀ। ਪਹਿਲਾਂ ਆਪਾਂ ਔਰਗੈਨਿਕ ਕੀਤੀ, ਉਦੋਂ ਬਾਅਦ ਆਪਾਂ ਸੋਚਿਆ ਘੁੰਮ ਫਿਰ ਕੇ ਪਤਾ ਲੱਗਿਆ ਵੀ ਇਹਨੂੰ ਆਪਾਂ ਬਿੱਡਾਂ 'ਤੇ ਕਰਨਾ ਗਾ, ਅੱਧੀ ਪਾਣੀ ਦੀ ਲੋੜ ਪਊਗੀ ਆਪਾਂ ਨੂੰ, ਅਤੇ ਅੱਧੇ ਟਾਈਮ 'ਚ ਫਸਲ ਤਿਆਰ ਹੋ ਜਾਂਦੀ, ਕਿਉਂਕਿ ਇਹ ਜਵਾਣੂ ਬਣ ਜਾਂਦੇ ਜੀ। ਜਵਾਣੂ ਤੁਸੀਂ ਵੇਖਿਆ ਥੱਲੇ ਪਰਾਲੀ ਦੀ ਮਲਚਿੰਗ ਕਰੀ ਵੀ ਆ, ਘਾਹ ਪਿਆ ਗਾ ਉੱਪਰ, ਇਹ ਆਪਾਂ ਪੱਟ ਕੇ ਦਿਖਾ ਦਿਆਂਗੇ ਇਹਨੂੰ। ਆਹ ਹੁਣ ਜਿਵੇਂ ਆਪਣਾ ਘਾਹ ਘਰ ਥੱਲੇ ਦੇਖੋਗੇ, ਆਹ ਵੇਖੋ ਬਟੀਰੀਆ ਕਿੰਨੇ ਆ ਜੀ, ਤੇ ਨਵੀਂ ਆ ਵੇਖ ਲਓ ਮਿੱਟੀ ਜੀ, ਇਹਨੂੰ ਪਾਣੀ ਦੀ ਜ਼ਰੂਰਤ ਵੀ ਨਹੀਂ ਜੀ, ਨਵੀਂ ਹੈ ਸਾਰੀ, ਸਾਰੀ ਨਵੀਂ ਬਣੀ ਵੀ। ਇਹਨੂੰ ਕੀ ਕਿਹੜੀ ਤਕਨੀਕ ਨੇ? ਬੈੱਡ ਸਿਸਟਮ ਹੈ, ਬੈੱਡ ਸਿਸਟਮ ਹੈ ਜੀ। ਇਹ ਜਵਾਨੂ ਸਾਰੇ ਥੱਲੇ ਫਿਰਦੇ? ਹਾਂ, ਬਕਟੀਰੀਆ ਵੇਖੋ ਜੀ, ਚ ਗਡੋਏ ਵੀ ਆ ਜੀ ਥੱਲੇ, ਜੇ ਆਪਾਂ ਡੂੰਘਾ ਪੱਟਾਂਗੇ ਆਪੇ ਥੱਲੇ ਗਡੋਏ ਨਿਕਲ ਆਉਣਗੇ ਜੀ। ਅੱਛਾ, ਇਹ ਤਕਨੀਕ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦੇ? ਇਹਦਾ ਆਪਣ ਹੋ ਗਿਆ 8 ਸਾਲ ਹੋ ਗਏ ਜੀ। 8 ਸਾਲ ਹੋ ਗਏ? ਹਾਂਜੀ ਹਾਂਜੀ। ਇਹ ਸਾਰੇ ਬੈੱਡ ਸਿਸਟਮ ਹੈ, ਸਾਰੇ ਬੈੱਡਾਂ ਤੇ ਲੱਗਿਆ ਜਿੰਨੇ ਫਰੂਟ ਪਲਾਂਟ ਹੈ? ਹਾਂ, ਇਹ ਡੂੜੇ। ਇਹ ਫਾਇਦਾ ਕੀ ਹੈ ਇਹਦਾ? ਇਹ 'ਚ ਇੱਕ ਤਾਂ ਪਾਣੀ ਦੀ ਘੱਟ ਲੋੜ ਪੈਂਦੀ ਜੀ, ਇੱਕ ਨੂੰ ਬਿਮਾਰੀ ਘੱਟ ਹੁੰਦੀ, ਫਰੂਟ ਨੂੰ ਕੋਈ ਵੀ ਫਸਲ ਆ ਉਹਨੂੰ ਨਵੀਂ ਚਾਹੀਦੀ ਆ, ਉਹਨੂੰ ਪਾਣੀ ਨਹੀਂ ਚਾਹੀਦਾ ਹੈਗਾ। ਇਹਦੀਆਂ ਜੜ੍ਹਾਂ ਜਿੱਥੋਂ ਆ ਬੂਟਾ ਆਪਣਾ ਜਿੱਥੋਂ ਬੂਟਾ ਇਹ ਜਾਂਦੀ ਹੈ, ਉਹਦਾ ਉੱਤਰੋਂ ਕਨੋਪੀ ਜਾਂਦੀ, ਉੱਥੋਂ ਤੀਕ ਉਹਦੀਆਂ ਜੜ੍ਹਾਂ ਜਾਂਦੀਆਂ, ਆਪੇ ਪਾਣੀ ਲੈ ਲੈਂਦਾ ਹੈਗਾ। ਜਦੋਂ ਆਪਾਂ ਨਾਲ ਪਾਣੀ ਲਾ ਦਿੰਦੇ ਹਾਂ ਤਾਂ ਉਹਨੂੰ ਫੰਗਸ ਹੋ ਜਾਂਦੀ ਬੂਟੇ ਨੂੰ ਜੀ, ਬੂਟਾ ਮਰਨਾ ਸ਼ੁਰੂ ਹੋ ਜਾਂਦਾ। ਇਹ ਜਦੋਂ ਨਵੀਂ ਖਿੱਚੂਗਾ ਅਤੇ ਗਰੋਥ ਵੀ, ਪੱਤਾ ਵੀ ਲਵਾ, ਤੁਸੀਂ ਆਪ ਦੇਖ ਲਓ, ਉਧਰੋਂ ਆਪਾਂ ਬੂਟਾ ਦਿਖਾ ਦਿੰਦੇ ਹਾਂ, ਹਾਂ ਉਹਨੂੰ ਫਲ ਵੀ ਲੱਗਿਆ ਪਿਆ, ਸਾਲ ਦਾ ਬੂਟਾ ਹੀ ਉਹ। ਤੇ ਹੁਣ ਕਰੇਲਾ ਵੇਖ ਲਓ, ਜਿਵੇਂ ਕਰੇਲੇ ਲੱਗੇ ਪਏ ਆਪਣੇ, ਮਤਲਬ ਜਿਵੇਂ ਸਿੱਧਾ ਪਾਣੀ ਭਰਿਆ ਜਾਂਦਾ, ਉਹਦੇ ਨਾਲ ਪਾਣੀ ਦੀ ਕਾਫੀ ਬਚਤ ਹੈ, ਸਿਰਫ ਨਮੀ ਦੇ ਤਿਆਰ ਹੋ ਜਾਂਦਾ, ਇਹ ਸਾਰਾ ਕੁਝ ਨਮੀ ਦੇ ਤਿਆਰ ਹੈ ਜੀ। ਹਾਂ, ਅੱਛਾ, ਕਿੰਨੀ ਹੁਣ ਟੋਟਲ ਇੱਥੇ ਕਿੰਨੇ ਫਰੂਟ ਹੈਗੇ ਤੁਹਾਡੇ ਕੋਲੇ, ਤੇ ਕਿਹੜੀ ਕਿਹੜੀ ਸਬਜ਼ੀ ਲਾਈ ਹੋਈ ਹੈ? ਸਬਜ਼ੀ ਆਪਣੇ ਕੋਲੇ ਕੱਦੂ ਹੁੰਦਾ, ਤੋਰੀ ਹੁੰਦੀ ਹੈ ਜੀ, ਪਹਿਲਾਂ ਕਰੇਲਾ ਸੀਗਾ, ਕਰੇਲਾ ਵੀ ਹੈਗਾ, ਤੇ ਭਿੰਡੀ, ਪੇਠਾ, ਖੀਰੇ, ਰੁੱਤਮ ਤਹਿਕ ਸਾਰੀਆਂ ਸਬਜ਼ੀਆਂ ਹੁੰਦੀਆਂ ਜੀ, ਚੌਲਾ ਸੀਗਾ, ਗਵਾਰਾ ਸੀਗਾ ਜੀ। ਇਹਦੇ 'ਚ ਆਪਣੇ ਕੋਲ 45 ਫਰੂਟ ਕਿਨੂ ਦੇ ਲੱਗੇ ਹੋਏ ਆ ਜੀ, 5 ਵਰਾਇਟੀਆਂ, ਅਤੇ 20 ਬੂਟੇ ਹੈਗੇ ਆ ਗੱਬੂ ਗੋਸ਼ੇ ਦੇ ਜੀ, ਅਤੇ 40 ਬੂਟੇ ਪਪੀਤੇ ਦੇ ਆ ਜੀ, 70 ਬੂਟੇ ਅਮਰੂਦ ਦੇ ਆ ਜੀ, ਜਿਹੜੇ 6 ਵਰਾਇਟੀਆਂ ਜੀ ਇਹਦੇ 'ਚ, ਅਤੇ 20 ਬੂਟੇ ਆੜੂ ਦੇ ਆ ਜੀ, ਅਤੇ 20 ਬੂਟੇ ਹੈਗੇ ਆ ਲੂਚੇ ਦੇ ਜੀ। ਕਿੰਨੇ ਏਕੜ ਜਗ੍ਹਾ ਹੈ? ਇਹ 1.5 ਏਕੜ ਜਗ੍ਹਾ ਜੀ। 1.5 ਏਕੜ ਦੇ ਵਿੱਚ ਹੀ ਪੂਰਾ ਤੁਸੀਂ ਇੱਕ ਸਿਸਟਮ ਤਿਆਰ ਕਰਤਾ, ਇੱਕ ਸੀਜ਼ਨ ਆ ਗਿਆ, ਦੂਜਾ ਸੀਜ਼ਨ ਉਹਦਾ ਆ ਗਿਆ। ਹਾਂਜੀ ਹਾਂਜੀ, ਮਤਲਬ ਪੂਰਾ ਸਾਲ ਹੈ। 20 ਬੂਟੇ ਸੇਬ ਦੇ ਆ ਜੀ ਆਪਣੇ ਕੋਲੇ, ਅੱਛਾ, ਤੇ 10 ਬੂਟੇ ਨਾਰ ਦੇ ਆ ਜੀ, ਤੇ 8-10 ਬੂਟੇ ਨਿੰਬੂ ਦੇ ਜੀ, 6 ਬੂਟੇ ਜੀਰ ਦੇ ਆ ਜੀ, ਤੇ ਹੋਰ ਆਪਣੇ ਕੋਲ ਜਿਹੜੇ ਮੈਡੀਸਨ ਪਲਾਂਟ ਵੀ ਹੈਗੇ, ਕੁਛ ਕੁਛ ਤਿਆਰ ਕਰੀ ਜਾਂਦੇ ਆਪਣੇ। ਜਿਵੇਂ ਹੁਣ ਤੁਸੀਂ ਕਰ ਰਹੇ ਹੋ, ਇਹ ਰਕਬਾ ਵਧਾਇਆ ਵੀ ਇਹਦਾ, ਵਧਾਉਂਗੇ ਵੀ ਰਕਬਾ ਇਹਦਾ? ਇਹ ਰਕਬਾ ਵਧਾਵਾਂਗੇ ਜੀ, ਹੋਰ ਵੀ ਆਪਾਂ ਦੂਜੇ ਪਾਸੇ ਜ਼ਮੀਨ ਹੈਗੀ ਆਪਣੀ, ਉਹਦੀ ਆਪਾਂ ਰੇਹ ਘਟਾਤੀ ਆ, ਉਹਦੇ 'ਤੇ ਵੀ ਕਰਾਂਗੇ ਇਹ ਆਪਾਂ। ਨਾਲ ਨਾ ਆਪਾਂ ਕੰਪੋਸਟ ਖਾਦ ਦਾ ਜੁੰਟ ਲਾਇਆ ਹੋਇਆ ਇੱਕ, ਉਦੋਂ ਬਾਅਦ ਆਪਾਂ ਖੁੰਭ ਦਾ ਜੀ, ਉਦੋਂ ਬਾਅਦ ਦੇਸੀ ਮੁਰਗੀ ਦਾ ਜੀ, ਇਹ 'ਚ ਆਪਾਂ ਦੇਸੀ ਮੁਰਗੀ ਛੱਡਾਂਗੇ, ਉਦੋਂ ਬਾਅਦ ਆਪਣਾ ਬੱਕਰੀ ਦਾ ਵੀ ਜੁੰਟ ਨਾਲ ਲਾਵਾਂਗੇ ਜੀ, ਇਹ 'ਚ ਆਪਣਾ ਬੱਕਰੀ ਵੀ ਛੱਡਾਂਗੇ ਜੀ। ਮਤਲਬ ਇੱਕੋ ਹੀ ਲੈਣ ਦੇ ਉੱਤੇ ਕਾਫੀ ਵੱਖ ਵੱਖ ਤਰੀਕੇ ਦੇ ਨਾਲ ਜਿਹੜੀ ਕਮਾਈ ਦਾ ਸਾਧਨ ਤੁਸੀਂ ਤਿਆਰ ਕਰ ਲਿਆ ਆਪਣਾ? ਹਾਂਜੀ, ਜਿਹੜਾ ਜ਼ਮੀਨ ਹੈ ਜੀ, ਜ਼ਮੀਨ ਤਾਂ ਆਪਣੀ ਨੇ ਭੋਜਨ ਦੇ ਸਰਕਲ ਨਾਲ ਤਕੜੀ ਹੋਣੀ ਆ, ਜਿੰਨਾ ਇਹ
ਪਸ਼ੂ ਖਾਂਦੇ ਮਾਦਾ ਜੀ ਉਹ ਗੋਹੇ ਦੇ ਰੂਪ ਚ ਜ਼ਮੀਨ ਚ ਆ ਜਾਂਦੇ, ਜ਼ਮੀਨ ਚ ਉਹ ਆਪਣੇ ਸਰੀਰ ਚ ਆਉਣਾ ਗਾ। 19 ਪ੍ਰਕਾਰ ਦੇ ਤੱਤ ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਜੀ, ਤੇ ਆਪਾਂ ਨੂੰ ਮਿੱਟੀ ਪੂਰੇ ਕਰ ਸਕਦੀ ਆ। ਉਹਨੂੰ ਆਪਾਂ ਕੋਈ ਮੈਡੀਸਨ ਕੋਈ ਹੋਰ ਦਵਾਈ ਨਹੀਂ ਪੂਰੇ ਕਰ ਸਕਦੇ ਜਿਹੜੇ ਮਿੱਟੀ ਤੋਂ ਮਿਲਣੇ ਆ। ਜਾਣੀ ਕਿ ਪਹਿਲਾਂ ਜਿਹੜੇ ਬਜ਼ੁਰਗ ਸੀ ਉਹ ਤੰਦਰੁਸਤ ਤਾਂ ਹੀ ਸੋ ਮਿੱਟੀ ਨਾਲ ਜੁੜੇ ਹੋਏ ਸੀਗੇ, ਮਿੱਟੀ ਦੇ ਕੰਮ ਕਰਦੇ ਸੀ, ਉਹ ਨੰਗੇ ਪੈਰ ਹੀ ਰਹਿੰਦੇ ਸੀਗੇ। ਜਿੰਨਾ ਵੀ ਹੁਣ ਆਪਣੇ ਕੱਪੜਾ ਪਾਇਆ ਸਾਰਾ ਕਚਰੇ ਦਾ, ਉਦੋਂ ਦੇਸੀ ਨਰਮੇ ਦੇਸੀ ਕਪਾਹਾਂ ਦਾ ਕੱਪੜਾ ਹੁੰਦਾ ਸੀਗਾ ਤੇ ਉਹਨਾਂ ਦੀ ਦੇਸੀ ਖੁਰਾਕ ਹੁੰਦੀ ਸੀਗੀ। ਹੁਣ ਆਪਣੇ ਕੋਲ ਅੰਗਰੇਜ਼ੀ ਖੁਰਾਕ ਹੋ ਗਈ ਆ, ਜੇ ਹੁਣ HF ਗਾਂ ਗਈ ਚੱਲੋ ਸੂਰ ਦੀ ਨਸਲ ਤੋਂ ਤਿਆਰ ਹੋ ਵੀ ਉਹ ਸੂਰ ਵਾਂਗੂ ਖਾਂਦੀ ਆ, ਤੇ ਉਹ ਗਾਂ ਆਪਣੇ ਬੱਚੇ ਵੀ ਆਉਣ ਵਾਲੀ ਪੀੜ੍ਹੀ ਵੀ ਉਹ ਇਸ ਤਰ੍ਹਾਂ ਖਾਂਦੀ ਆ ਸੂਰ ਵਾਂਗੂ। ਆਪਾਂ ਕਹਿੰਦੇ ਯਾਰ ਤੂੰ ਤਾਂ ਸੂਰ ਵਾਂਗੂ ਖਾਂਦਾ ਗਾ, ਪਰ ਜਾਣੀ ਕਿ ਉਹਦੇ ਸਾਰੇ ਲੱਛਣ ਬਦਲੇ ਗਏ ਉਸ ਬੋਡੀ ਦੇ, ਸਾਰਾ ਜੀਣਾ ਉਹ ਮਿੱਟੀ ਦੇ ਵਿੱਚ ਆ। ਜੇ ਆਪਣੀ ਮਿੱਟੀ ਤੰਦਰੁਸਤ ਆ ਤਾਂ ਆਪਾਂ ਤੰਦਰੁਸਤ ਆ। ਅੱਛਾ ਬਾਈ, ਇਹ ਫਿਰ ਜਿਹੜੇ ਇੱਥੇ ਫਰੂਟ ਤਿਆਰ ਹੁੰਦਾ ਹੈ ਸਾਰਾ ਕਿਤੇ ਇੱਥੋਂ ਹੀ ਸੇਲ ਹੁੰਦਾ ਤੁਹਾਡਾ ਸਾਰਾ? ਫਰੂਟ ਹਜੇ ਆਪਣਾ ਨਵਾਂ ਲੱਗਾ ਹੋਇਆ ਜਿਹੜਾ ਜਿਹੜਾ ਪਿਛਲੇ ਸੀਜ਼ਨ, ਮਤਲਬ ਇੱਥੋਂ ਹੀ ਸੇਲ ਕਰਦੇ? ਹਾਂ, ਉਹ ਆਪਣਾ ਕੋਲ ਬਹੁਤ ਡਿਮਾਂਡ ਬਹੁਤ ਹੈ ਗਾਹਕਾਂ ਦੀ। ਆਪਣਾ ਦਾਦੀ ਪੋਤੀ ਪਾਰਕ 'ਚ ਬਠਿੰਡੇ ਮੇਲਾ ਲੱਗਦਾ ਸ਼ਨੀਵਾਰ ਨੂੰ ਜੀ, ਤੇ ਮੋਗੇ 10 ਤਰੀਕ 20 ਤਰੀਕ 30 ਤਰੀਕ ਨੂੰ ਬਾਜ਼ਾਰ ਲੱਗਦਾ ਜੀ। ਆਪਾਂ ਉੱਥੇ ਜਾ ਵੜਦੇ ਆ। ਗੰਨਾ ਹੋ ਗਿਆ ਵਿੱਚ, ਯਾਨੀ ਸਾਰੀ ਕ੍ਰੋਪ ਤੁਸੀਂ ਸਿਸਟਮ ਤਿਆਰ ਕਰ ਰਹੇ ਬਾਈ, ਕਿੰਨਾ ਕੁ ਇਹ ਚੀਜ਼ ਤੁਹਾਨੂੰ ਫਾਇਦਾ ਲੱਗ ਰਿਹਾ? ਕੋਈ ਤੁਹਾਡੇ ਨਾਲ ਦੇ ਕੋਈ ਸਾਥੀ ਕਿਸਾਨ ਕਿਸੇ ਨੇ ਟ੍ਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਹੋਵੇ, ਕੋਈ ਆਇਆ ਤੁਹਾਡੇ ਕੋਲੋਂ ਦੇਖਣ? ਆਪਣੇ ਕੋਲ ਬਹੁਤ ਆਉਂਦੇ ਆ ਜੀ। ਆਪਾਂ ਇਹ ਕਹਿੰਦੇ ਜੀ, ਜੇ ਆਪਾਂ ਵਿਦੇਸ਼ਾਂ ਜਾ ਕੇ ਆਪਾਂ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ, ਉਹੀ ਮਿਹਨਤ ਜੇ ਆਪਾਂ ਆਪਦੇ ਆਪਾਂ ਖੇਤ ਕਰ ਲਈਏ, ਜੇ ਬੰਦਾ 500 ਰੁਪਇਆ ਵੀ ਰੋਜ਼ ਕਮਾ ਰਿਹਾ ਤਾਂ 15,000 ਰੁਪਏ ਮਹੀਨੇ ਦਾ ਬਣ ਰਿਹਾ ਹੈਗਾ, ਉਹਨੂੰ ਕਿਸੇ ਦੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ ਗੀ। ਤੇ ਆਪਣੇ 1,000 ਤੋਂ ਲੈ ਕੇ 2,000 ਰੁਪਏ ਤੱਕ ਸਬਜ਼ੀ ਡੇਲੀ ਸੇਲ ਹੋ ਜਾਂਦੀ ਹੈ, ਮਤਲਬ 1,000 ਰੁਪਇਆ ਵੀ ਜੇ ਬੰਦਾ ਮੰਨੇ ਮੈਨੂੰ ਬਣ ਰਿਹਾ ਰੋਜ਼ ਆ, ਤਾਂ ਉਹਨੂੰ 3,65,000 ਰੁਪਇਆ ਸਾਲ ਦਾ ਬਣ ਰਿਹਾ ਹੈਗਾ। ਤੇ ਫਿਰ ਆਪਾਂ 200 ਦੀ ਹਰੇਕ ਕਿਸਾਨ ਸਬਜ਼ੀ ਲੈਂਦਾ ਘਰੇ ਆਪਦੇ, ਆਪਾਂ ਨੂੰ ਕਹਿੰਦੇ ਆਪਦੀ ਘਰ ਦੀ ਸਬਜ਼ੀ 1 ਕਨਾਲਾ ਔਰਗੈਨਿਕ ਕਰ ਲਏ ਉਹ, ਜੇ 100 ਰੁਪਏ ਦੀ ਮੀਡੀਅਮ ਸਬਜ਼ੀ ਲੱਗਦੀ ਤਾਂ 36,000 ਦੇ ਸਾਲ ਦੀ ਉਹ ਕਿਸਾਨ ਦੀ ਸਬਜ਼ੀ ਲੱਗਦੀ ਹੈ, ਜਾਣੀ ਕਿ ਜਿਹੜਾ 1 ਕਨਾਲ ਦਾ ਠੇਕਾ 10,000 ਰੁਪਇਆ ਬਣਦਾ ਗਾ, ਤੇ ਉਹ ਸਬਜ਼ੀ 36,000 ਦੀ ਖਾ ਰਿਹਾ ਹੈਗਾ। ਹਰੇਕ ਨੂੰ ਬਿਮਾਰੀਆਂ ਤੋਂ ਬੰਦਾ ਤਾਂ ਬਚ ਸਕਦਾ ਗਾ ਜੇ ਉਹ ਆਪਦੀ ਔਰਗੈਨਿਕ ਸਬਜ਼ੀ ਖਾਊਗਾ ਆਪਦੀ ਬਿਨਾਂ ਰੇਹ ਸਪਰੇ ਤੋਂ ਕੀਤੀ ਤੋਂ, ਕਿਉਂਕਿ ਬਿਮਾਰੀਆਂ ਆਪਣੇ ਦਿਨਾਂ ਵੇਲੇ ਕਿੰਨਾ ਕੈਂਸਰ ਆ ਪੰਜਾਬ ਦੇ ਵਿੱਚ, ਹਰੇਕ ਭਿਆਨਕ ਤੋਂ ਭਿਆਨਕ ਬਿਮਾਰੀ ਪੰਜਾਬ ਦੇ ਵਿੱਚ ਆ ਰਹੀ ਹੈ, ਕਿਉਂਕਿ ਰੇਹਾਂ ਇੰਨੀਆਂ ਜ਼ਿਆਦਾ ਹੋਊਗੀਆਂ। ਮੁੰਡਾ ਕਿਸਾਨ ਮੱਕੀ ਬੀਜਦਾ 6 ਗੱਟੇ ਮੱਕੀ ਯੂਰੀਆ ਦੇ ਪਾਉਂਦਾ ਗਾ, ਉਹ ਤੋਂ ਬਾਅਦ 26 ਝੋਨਾ ਲੱਗਦਾ 6 ਗੱਟੇ ਯੂਰੀਆ ਦੇ ਜੂਜੇ ਪੈਂਦੇ ਆ, 5 ਗੱਟੇ ਕਣਕ ਦੇ ਪੈਂਦੇ ਆ, DAP ਤੇ ਪੋਟਾਸ਼ ਤੇ ਸੁਫਰ ਦਾ ਗੱਟਾ ਗਾ। ਆਪਾਂ ਇਹ ਨਹੀਂ ਕਹਿੰਦੇ ਜਦੋਂ ਸਰਕਾਰਾਂ ਨੂੰ ਲੋੜ ਸੀ ਉਦੋਂ ਸਰਕਾਰਾਂ ਨੇ ਦਿੱਤਾ ਸੀ ਅਨਾਜ ਪੂਰਾ ਕਰਨ ਦੇ ਲਈ ਰੇਲ ਕਿਸਾਨਾਂ ਨੂੰ, ਪਰ ਉਹ ਲੋੜ ਤੋਂ ਵੱਧ ਹੋ ਗਈ ਆ। ਆਏ ਸਾਲ 20,000 ਰਕਬਾ ਪੰਜਾਬ ਦਾ ਕਵੈਰ ਹੋ ਰਿਹਾ ਹੈਗਾ, ਭੋਜਨ ਨਹੀਂ ਆਉਣਾ ਗਾ, ਪਰ ਉਹਦੇ ਲਈ ਆਪਾਂ ਨੂੰ ਵੱਖਰੀ ਪ੍ਰਣਾਲੀ ਬਣਾਉਣੀ ਚਾਹੀਦੀ ਆ, ਕਿਉਂਕਿ ਹੁਣ ਜਿਵੇਂ ਪਰਾਲੀ ਆ, ਪਰਾਲੀ ਦਾ ਸਰਕਾਰ ਨੂੰ ਮੁੱਦਾ ਤਾਂ ਹੈਗਾ, ਉਹ ਇੱਥੋਂ ਕਿਸਾਨ ਨੂੰ ਤਾਂ ਅੱਗ ਲਾਉਣ ਨਹੀਂ ਦਿੰਦੀ ਗੀ, ਉਹ ਫੈਕਟਰੀਆਂ ਜਾਂਦੀ ਆ, ਫੈਕਟਰੀਆਂ 'ਚ ਉਹ ਕਿਹੜਾ ਆਕਸੀਜਨ ਪੈਦਾ ਕਰਦੀ, ਉੱਥੇ ਤਾਂ ਧੂੰਆਂ ਨਿਕਲਦਾ, ਜੋ ਵੀ ਆਉਂਦਾ ਗਾ ਉਹ ਸਾਰਾ ਹਰੇਕ ਕਿਸਾਨ 'ਤੇ ਅੱਖ ਚੱਕਦਾ ਗਾ ਕੇ, ਪਰ ਉਹਨੂੰ ਕਿਸਾਨ 'ਤੇ ਅੱਖ ਨਹੀਂ ਚੱਕਣੀ ਚਾਹੀਦੀ, ਕਿਉਂਕਿ ਕਿਸਾਨ ਨਾਲ ਹੀ ਸਾਰਾ ਸਿਸਟਮ ਚੱਲਦਾ ਗਾ। ਜੇ ਕਿਸਾਨ ਮਿਹਨਤ ਕਰਦਾ ਤਾਂ ਕਮਾਈ ਕਰਦਾ, ਉਹ ਆਪਦੇ ਲਈ ਵੀ ਕਰਦਾ ਅਤੇ ਦੂਜਿਆਂ ਦੇ ਲਈ ਵੀ ਕਰਕੇ ਦਿੰਦਾ ਗਾ। ਬਿਲਕੁਲ ਬਾਈ, ਗੁਰਲਾਲ ਸਿੰਘ ਆ ਜਿਹੜੇ ਔਰਗੈਨਿਕ ਫਾਰਮਿੰਗ ਕਰ ਰਹੇ, ਪਿਛਲੇ 8 ਸਾਲਾਂ ਤੋਂ ਇਹਨਾਂ ਨੇ ਔਰਗੈਨਿਕ ਫਾਰਮਿੰਗ ਜਿਹੜੀ ਸ਼ੁਰੂ ਕੀਤੀ ਹੋਈ ਤਾਂ ਚੰਗੀ ਕਹਿ ਸਕਦੇ ਕਿ ਇਨਕਮਿੰਗ ਹੈਗੀ ਹੈ, ਤਾਂ ਉਮੀਦ ਕਰਦੇ ਹਾਂ ਕਿ ਹੋਰ ਵੀ ਕਿਸਾਨ ਜਿਹੜੇ ਨੇ ਉਹ ਕੋਸ਼ਿਸ਼ ਕਰਨਗੇ, ਚਾਹੇ ਥੋੜ੍ਹੀ ਜਗ੍ਹਾ ਹੋਵੇ ਉਸ ਜਗ੍ਹਾ ਤੋਂ ਵੀ ਤੁਸੀਂ ਸ਼ੁਰੂਆਤ ਕਰੋ। ਤਾਂ ਇੱਕ ਬਾਈ ਹੋਰ ਸਾਡੇ ਨਾਲ ਕਿਸਾਨ ਨੇ ਵੀ ਗੱਲ ਕਰਦੇ, ਬਾਈ ਜੀ ਤੁਸੀਂ ਇਸ ਇਲਾਕੇ ਦੀ ਹੈਗੇ ਹੋ ਅਤੇ ਹਾਂਜੀ, ਕਿਵੇਂ ਦਾ ਲੱਗਦਾ ਜਦੋਂ ਇੱਥੋਂ ਔਰਗੈਨਿਕ ਫਰੂਟ ਲੈ ਕੇ ਜਾਂਦਾ, ਕੋਈ ਸਬਜ਼ੀਆਂ ਲੈ ਕੇ ਜਾਂਦਾ, ਉਹ ਵੀ ਸਵਾਦ ਕਮਾਲ ਦਾ ਸਵਾਦ ਹੁੰਦਾ ਉਹਦਾ, ਮਤਲਬ ਖਾਣ 'ਚ ਹੀ ਪਤਾ ਲੱਗਦਾ ਵੀ ਵਾਕਈ ਇਹ ਚੀਜ਼ ਦਮ ਹੈਗਾ। ਆਪਾਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਮੈਂ ਆਪ ਇਸ ਬੰਦੇ ਨੇ ਮੈਨੂੰ ਲੈਣ 'ਤੇ ਲਾਇਆ, ਮੇਰੇ ਕੋਲ ਠੇਕੇ 'ਤੇ ਜ਼ਮੀਨ ਹੁੰਦੀ ਹੈ ਜੀ, 10 ਕਨਾਲਾ ਵਾਹਣ ਹੈਗਾ ਸਬਜ਼ੀ, ਮੈਂ ਇਹਦੇ ਨਾਲ ਹੀ ਦਾਦੀ ਪੋਤੀ ਪਾਰਕ ਜਾਂਦਾ ਰਹਿੰਦਾ, ਇਹਦੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਇਹ ਬੰਦੇ ਤੋਂ। ਨਾਲ ਮਿਰਚ ਮਸਾਲਾ ਹਲਦੀ ਮੈਂ ਕਈ ਆਈਟਮਾਂ 'ਚ ਲਾਈ ਬੈਠਾ, ਸ਼ਹਿਦ ਦੀ ਟ੍ਰੈਨਿੰਗ ਵੀ ਲਾਈ ਇਹਦੇ ਨਾਲ, ਆ ਖੁੰਬਾਂ ਦੀ ਹੋਰ ਸਬਜ਼ੀਆਂ ਸੁਬਜ਼ੀਆਂ ਦੀ ਲਾਈ ਜਾਂਦਾ ਜੀ, ਸਾਰਾ ਕੁਛ ਇਹਦੇ ਨਾਲ ਇਹਦੀ ਰੀਸ ਨਾਲ ਮੈਂ ਕਰੀ ਜਾਂਦਾ। ਕਿੰਨੇ ਏਕੜ ਦੇ ਕਰਦੇ? ਮੇਰੇ ਕੋਲ 10 ਕਨਾਲਾ ਵਾਹਣਾ ਜੀ। 10 ਕਨਾਲਾ? ਹਾਂ, ਅਤੇ ਹਰੀ ਸਬਜ਼ੀ ਮੇਰੇ ਕੋਲ ਭਿੰਡੀ ਹੁਣ ਤਿਆਰ ਆ ਜੀ, ਚੌਲਾ ਤਿਆਰ ਆ,
ਕਿਸਾਨ ਕੋਸ਼ਿਸ਼ ਕਰਨਗੇ ਤਾਂ ਕਾਮਯਾਬੀ ਜ਼ਰੂਰ ਮਿਲੂਗੀ। ਤਾਂ ਹੁਣ ਸਰਕਾਰ ਵੀ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਕਿਸਾਨਾਂ ਦਾ ਇੱਕ MSP ਦੀ ਜਿਹੜੀ ਹੈ ਗਰੰਟੀ ਕਰ ਰਹੀ ਹੈ, ਸਾਰੀ ਫਸਲਾਂ 'ਤੇ MSP ਦਿੱਤੀ ਜਾਊਗੀ। ਉੱਥੇ ਔਰਗੈਨਿਕ ਫਾਰਮਿੰਗ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਅਤੇ ਬਾਈ ਗੁਰਲਾਲ ਹੋਣੀ ਨੇ ਜਿਹੜਾ ਆਪ ਵੀ ਕਰ ਰਹੇ ਨੇ, ਦੂਸਰੇ ਕਿਸਾਨਾਂ ਨੂੰ ਵੀ ਜਿਹੜਾ ਜਾਗਰੂਕ ਕਰਿਆ ਕਿ ਤੁਸੀਂ ਸ਼ੁਰੂਆਤ ਕਰੋ, ਚਾਹੇ ਥੋੜ੍ਹੀ ਜ਼ਮੀਨ ਤੋਂ ਕਰੋ, ਪਰ ਔਰਗੈਨਿਕ ਦੀ ਸ਼ੁਰੂਆਤ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਚੰਗਾ ਬੀਜਾਂਗੇ, ਚੰਗਾ ਖਾਵਾਂਗੇ, ਤਾਂ ਹੀ ਸਾਨੂੰ ਚੰਗਾ ਜਿਹੜਾ ਮਾਹੌਲ ਮਿਲੂਗਾ ਅਤੇ ਚੰਗੀ ਸਿਹਤ ਮਿਲੂਗੀ। ਉਮੀਦ ਕਰਦੇ ਹਾਂ ਹੋਰ ਵੀ ਕਿਸਾਨ ਅੱਗੇ ਆਉਣਗੇ ਅਤੇ ਵੱਧ ਤੋਂ ਵੱਧ ਔਰਗੈਨਿਕ ਫਾਰਮਿੰਗ ਵਾਲੇ ਪਾਸੇ ਧਿਆਨ ਦੇਣਗੇ। ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ, ਰੋਜ਼ਾਨਾ ਸਪੋਕਸਮੈਨ ਗੁਰੂ ਕੀ ਢਾਬ, ਜੈਤੋ ਮੰਡੀ।